ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਇੰਡੀਅਨ ਪੋਲੀਟੀ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ MCQ ਦਾ ਮੌਕ ਟੈਸਟ ਜਿਹੜੇ ਵੀ ਸਟੂਡੈਂਟਸ ਵੀਡੀਓ ਪਟਸਬੀ ਕਲਰਕ ਐਕਸਾਈਜ਼ ਤੇ ਟੈਕਸ ਇਨਸਪੈਕਟਰ ਦੇ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ Indian Polity ਤੁਹਾਡੇ ਲਈ ਬਹੁਤ ਇੰਪੋਰਟੈਂਟ ਟਾਪਿਕ ਹੈ ਤੇ ਅਸੀਂ ਜਿੰਨੀਆਂ ਵੀ ਹੁਣ ਤੱਕ Indian Polity ਦੇ ਨਾਲ ਰਿਲੇਟਡ ਵੀਡੀਓ ਪਾਈਆਂ ਨੇ ਉਹਨਾਂ ਨੂੰ ਜ਼ਰੂਰ ਰਿਵਾਈਜ਼ ਕਰੋ ਇਸ ਦਾ ਕਾਰਨ ਕੀ ਆ ਕਿ ਤੁਸੀਂ ਤੁਹਾਨੂੰ ਪਤਾ ਰੀਸਨਲੀ ਸਬ ਇਨਸਪੈਕਟਰ ਦਾ ਪੇਪਰ ਹੋਇਆ ਸਬ ਇਨਸਪੈਕਟਰ ਇੰਟੈਲੀਜੈਂਸ ਕਨਸਟੇਬਲ ਦਾ ਐਗਜ਼ਾਮ ਹੋਇਆ ਚਲੋ ਆਪਾਂ ਜ਼ਿਆਦਾ ਵੀ ਨਹੀਂ ਦੇਖਦੇ ਤਾਂ ਤੁਸੀਂ ਸਬ ਇਨਸਪੈਕਟਰ ਦਾ ਤਾਂ ਚੈੱਕ ਕਰ ਸਕਦੇ ਹੋ ਨਾ ਵੈਬਸਾਈਟ ਤੇ ਆ ਗਿਆ ਐਗਜ਼ਾਮ ਉਸ ਦੇ ਵਿੱਚ 15 ਤੋਂ 20 ਐਮਸੀਕਿਊ ਆ ਜਿਹੜੇ ਦੇਖੋ ਸਿਲੇਬਸ ਆਲਮੋਸਟ ਤੁਹਾਡਾ ਸਭ ਦਾ ਸੇਮ ਆ ਤੁਸੀਂ ਸਿਲੇਬਸ ਸਬ ਇਨਸਪੈਕਟਰ ਦਾ ਵੀ ਚੈੱਕ ਕਰ ਸਕਦੇ ਹੋ ਪਰ ਇੰਡੀਅਨ ਪੋਲੀਟੀ ਦੇ ਸਭ ਤੋਂ ਜ਼ਿਆਦਾ ਐਮਸੀਕਿਊ ਆਏ ਆ ਇੰਡੀਅਨ ਪੋਲੀਟੀ ਦੇ 15 ਤੋਂ 20 20 ਤੋਂ 25 ਵੀ ਦੇਖਣ ਨੂੰ ਮਿਲੇ ਆ ਠੀਕ ਹੈ ਇੰਨੇ ਜ਼ਿਆਦਾ ਐਮਸੀਕਿਊ ਲਏ ਗਏ ਆ ਇੰਡੀਅਨ ਪੋਲੀਟੀ ਦੇ ਵਿੱਚੋਂ ਜਦਕਿ ਉਹਨਾਂ ਨੇ ਮੇਨ ਟਾਪਿਕ এনवायरमेंट ਵੀ ਲਿਖਿਆ ਸੀ ਉਸ ਦੇ ਨਾਲ ਹੀ ਮੇਨ ਟਾਪਿਕ ਸਾਇੰਸ ਐਂਡ ਟੈਕਨੋਲੋਜੀ ਵੀ ਲਿਖਿਆ ਸੀਗਾ ਪਰ ਲਈ ਕਿਤੇ ਜ਼ਿਆਦਾ ਗਈ ਆ ਪੋਲੀਟੀ ਦੇ ਵਿੱਚੋਂ ਲਈ ਗਈ ਆ ਤੇ ਹਮੇਸ਼ਾ ਹੀ ਤੁਸੀਂ ਹੋਰ ਪੇਪਰ ਵੀ ਉਠਾ ਕੇ ਦੇਖ ਸਕਦੇ ਹੋ ਹਮੇਸ਼ਾ ਹੀ ਪੋਲੀਟੀ ਦੇ ਵਿੱਚੋਂ ਜ਼ਿਆਦਾ ਐਮਸੀਕਿਊ ਲਈ ਜਾਂਦੇ ਆ ਭਾਰਤੀ ਸੰਵਿਧਾਨ ਦੇ ਵਿੱਚੋਂ ਜ਼ਿਆਦਾ ਲਈ ਜਾਂਦੇ ਆ ਠੀਕ ਹੈ ਇਸ ਤਰ੍ਹਾਂ ਦੇ ਐਮਸੀਕਿਊ ਆਉਂਦੇ ਨੇ ਐਗਜ਼ਾਮ ਦੇ ਵਿੱਚ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੰਡੀਅਨ ਪੋਲੀਟੀ ਦੇ ਨਾਲ ਰਿਲੇਟਡ ਕੁਝ ਇੰਪੋਰਟੈਂਟ ਐਮਸੀਕਿਊ ਦਾ ਮੌਕ ਟੈਸਟ ਤਿਆਰ ਕੀਤਾ ਹੈ ਤਾਂ ਜੋ ਤੁਸੀਂ ਵੱਧ ਤੋਂ ਵੱਧ ਨੂੰ ਰਿਵਾਈਜ਼ ਕਰ ਸਕੋ ਬਿਲਕੁਲ ਬੇਸਿਕ ਕੁਐਸ਼ਨ ਵੀ ਲਈ ਹੈ ਹਾਈ ਲੈਵਲ ਦੇ ਵੀ ਲਈ ਹੈ ਇਸ ਵੀਡੀਓ ਦੇ ਵਿੱਚ ਪਰ ਕੱਲ ਜੋ ਅਸੀਂ ਇਸ ਦਾ ਪਾਰਟ 2 ਕਰਾਂਗੇ ਉਸ ਦੇ ਵਿੱਚ ਥੋੜੇ ਹਾਈ ਲੈਵਲ ਦੇ ਐਮਸੀਕਿਊ ਲਵਾਂਗੇ ਜਿਸ ਦੇ ਵਿੱਚ ਅਸੀਂ ਭਾਰਤੀ ਸੰਵਿਧਾਨ ਦੀਆਂ ਅਨੁਸ਼ੇਧਾਂ ਬਾਰੇ ਗੱਲ ਕਰਾਂਗੇ ਠੀਕ ਹੈ ਜੀ ਇਸ ਕਰਕੇ ਕੱਲ ਜੋ ਮੈਂ ਤੁਹਾਡਾ ਮੌਕ ਟੈਸਟ ਤਿਆਰ ਕੀਤਾ ਸੀਗਾ ਇੱਕ ਬਹੁਤ ਜਲਦੀ ਅਸੀਂ ਅਪਲੋਡ ਕਰਾਂਗੇ ਉਹ ਨੂੰ ਵੀ ਚੈਨਲ ਤੇ ਤੇ ਉਹਦੇ ਵਿੱਚ ਵੀ ਜਿਸ ਤਰ੍ਹਾਂ ਦੇ ਕੁਐਸਚਨ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਹਨਾ ਖੋਦ ਦੇ ਨਾਲ ਰਿਲੇਟਡ ਆਰਟੀਕਲ ਦੇ ਨਾਲ ਰਿਲੇਟਡ ਉਹੀ ਵਾਲੇ ਐਡ ਕੀਤੇ ਗਏ ਤੇ ਉਸ ਨੂੰ ਵੀ ਤੁਸੀਂ ਧਿਆਨ ਨਾਲ ਦੇਣਾ ਫੋਰੈਸਟ ਗਾਰਡ ਦਾ ਇੱਕ ਪੇਪਰ ਤਿਆਰ ਕੀਤਾ ਠੀਕ ਹੈ ਹੁਣ ਅਸੀਂ ਜੋ ਅੱਜ ਕਰਨ ਵਾਲੀਆਂ ਇੰਡੀਅਨ ਪੋਲੀਟੀ ਦਾ ਮੌਕ ਟੈਸਟ ਇਹ ਤੁਹਾਡੇ ਲਈ ਕਾਫੀ ਹੀ ਜ਼ਿਆਦਾ ਹੈਲਪਫੁਲ ਹੋਣ ਵਾਲਾ ਹੈ ਜੇਕਰ ਤੁਸੀਂ ਆਪਣੇ ਸਿਲੇਬਸ ਦੇ ਵਿੱਚ ਤੁਸੀਂ ਦੇਖੋ ਪਹਿਲਾਂ ਤਾਂ ਜਾ ਕੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਵੈਸੇ ਤਾਂ ਪਤਾ ਹੀ ਹੈ ਕਿ ਵੀਡੀਓ ਪੀਟ੍ਰ ਪਲਸ ਵੀ ਕਲਰਿਕ ਐਕਸਾਈਜ਼ ਅਤੇ ਟੈਕਸ ਇਨਸਪੈਕਟਰ ਦੇ ਐਗਜ਼ਾਮ ਦੇ ਵਿੱਚ ਤਾਂ ਆਲਰੇਡੀ ਹੈ Indian Polity ਪਰ ਜੇਕਰ ਤੁਸੀਂ ਕਿਸੇ ਹੋਰ ਕੰਪੀਟੀਟਿਵ ਐਗਜ਼ਾਮ ਦੀ ਵੀ ਤਿਆਰੀ ਕਰ ਰਹੇ ਹੋ ਤੇ ਵੀਡੀਓ ਨੂੰ ਦੇਖ ਰਹੇ ਹੋ ਜੇਕਰ ਤੁਹਾਡੇ ਸਿਲੇਬਸ ਦੇ ਵਿੱਚ Indian Polity ਹੈ ਤਾਂ ਅੱਜ ਦੀ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸੰਵਿਧਾਨ ਸਭਾ ਦੇ ਡਰਾਫਟਿੰਗ ਕਮੇਟੀ ਦਾ ਗਠਨ ਕਦੋਂ ਹੋਇਆ ਸੀ ਰਾਈਟ ਆਨਸਰ ਹੈ ਜੀ ਆਪਸ਼ਨ ਨੰਬਰ ਸੀ 1947 29 ਅਗਸਤ 1947 ਨੂੰ ਸੰਵਿਧਾਨ ਸਭਾ ਦੇ ਡਰਾਫਟਿੰਗ ਕਮੇਟੀ ਦਾ ਗਠਨ ਹੋਇਆ ਸੀ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੁਆਰਾ ਕਿਸ ਦਿਨ ਭਾਰਤੀ ਸੰਵਿਧਾਨ ਨੂੰ ਪਹਿਲੀ ਵਾਰ ਪੜਿਆ ਗਿਆ ਸੀ ਰਾਈਟ ਆਨਸਰ ਆ অপਸ਼ਨ ਨੰਬਰ ਬੀ 1948 4 ਨਵੰਬਰ 1948 ਨੂੰ ਸੰਵਿਧਾਨ ਸਭਾ ਦੁਆਰਾ ਭਾਰਤੀ ਸੰਵਿਧਾਨ ਨੂੰ ਪਹਿਲੀ ਵਾਰ ਪੜਿਆ ਗਿਆ ਸੀ ਨੈਕਸਟ ਕੁਐਸ਼ਨ ਭਾਰਤੀ ਸੰਵਿਧਾਨ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ ਹਰੇਕ ਕੁਐਸ਼ਨ ਦਾ ਆਨਸਰ ਤੁਸੀਂ ਪਹਿਲਾਂ ਆਪਣੇ ਮਾਈਂਡ ਦੇ ਵਿੱਚ ਸੋਚਣਾ ਹੋਵੇਗਾ ਤੇ ਉਸ ਤੋਂ ਬਾਅਦ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਕਿ ਤੁਹਾਡੇ ਕਿੰਨੇ ਕੁਐਸ਼ਨ ਸਹੀ ਗਏ ਆ ਆਪਸ਼ਨ ਨੰਬਰ ਬੀ ਇਸ ਦਾ ਰਾਈਟ ਆਨਸਰ ਡਾਕਟਰ ਪੀਮਰਾਓ ਅੰਬੇਦਕਰ ਭਾਰਤੀ ਸੰਵਿਧਾਨ ਦਾ ਪਿਤਾਮਾ ਡਾਕਟਰ ਭੀਮrao ਅਬੇਡਕਰ ਨੂੰ ਕਿਹਾ ਜਾਂਦਾ ਹੈ। ਨੈਕਸਟ ਕੁਐਸ਼ਨ ਭਾਰਤੀ ਸੰਵਿਧਾਨ ਨੂੰ ਲਾਗੂ ਕਦੋਂ ਕੀਤਾ ਗਿਆ ਸੀ? ਆਪਸ਼ਨ ਨੰਬਰ ਸੀ ਇਸ ਆ ਰਾਈਟ ਆਂਸਰ 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਨੂੰ ਲਾਗੂ ਕੀਤਾ ਗਿਆ ਸੀ। ਨੈਕਸਟ ਕੁਐਸ਼ਨ ਸੰਵਿਧਾਨ ਸਭਾ ਦੀਆਂ ਚੋਣਾਂ ਵਿੱਚ ਮੁਸਲਿਮ ਲੀਗ ਨੇ ਕਿੰਨੀਆਂ ਸੀਟਾਂ ਜਿੱਤੀਆਂ ਸਨ? অপশন নাম্বার বি ইজ আ রাইট আনসার 73 73 মানে কি 73 সিটা সিগিয়া জড়িয়া মুসলিম লীগ নে জিতিয়া সিগিয়া সংবিধান সভা ਦੇ ਵਿੱਚ नेक्स्ट কোশ্চেন پہلی বার ਕਿਹੜੇ ਦਿਨ ਪੂਰਨ ਸਵਰਾਜ ਦਿਨ ਮਨਾਇਆ ਗਿਆ ਸੀ অপশন নাম্বার সি ইজ আ রাইট আনসার 26 ਜਨਵਰੀ 1930 ਨੂੰ ਪਹਿਲੀ ਵਾਰ ਪੂਰਨ ਸਵਰਾਜ ਦਿਨ ਮਨਾਇਆ ਗਿਆ ਸੀ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਨੇ ਕਿਹੜੇ ਚਿੰਨ ਨੂੰ ਮੋਹਰ ਦੇ ਰੂਪ ਵਿੱਚ ਅਪਣਾਇਆ ਸੀ অপਸ਼ਨ ਨੰਬਰ ਬੀ ਇਜ਼ ਆ ਰਾਈਟ ਆਨਸਰ ਹਾਥੀ ਭਾਰਤੀ ਸੰਵਿਧਾਨ ਨੇ ਹਾਥੀ ਦੇ ਚਿੰਨ ਨੂੰ ਮੋਹਰ ਦੇ ਰੂਪ ਵਿੱਚ ਅਪਣਾਇਆ ਸੀ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਦੇ ਸੰਵਿਧਾਨਿਕ ਸਲਾਹਕਾਰ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਰਾਈਟ ਆਨਸਰ ਆ অপਸ਼ਨ ਨੰਬਰ ਡੀ ਇਹਨਾਂ ਵਿੱਚੋਂ ਕੋਈ ਨਹੀਂ ਕਿਉਂਕਿ ਭਾਰਤੀ ਸੰਵਿਧਾਨ ਦੇ ਸੰਵਿਧਾਨਿਕ ਸਲਾਹਕਾਰ ਬੀ ਐਨ ਰਾਓ ਬੀ ਐਨ ਰਾਓ ਨੂੰ ਨਿਯੁਕਤ ਕੀਤਾ ਗਿਆ ਸੀ ਰਾਈਟ ਆਨਸਰ ਹੈ ਜੀ ਬੀ ਐਨ ਰਾਉ ਨੈਕਸਟ ਕੁਐਸ਼ਨ ਭਾਰਤੀ ਸੰਵਿਧਾਨ ਕਿਹੜੀ ਸੈਲੀ ਵਿੱਚ ਲਿਖਿਆ ਗਿਆ ਸੀ ਹਾਂਜੀ ਜਿਹੜਾ ਭਾਰਤ ਦਾ ਸੰਵਿਧਾਨ ਹੈ ਕਿਹੜੀ ਸੈਲੀ ਦੇ ਵਿੱਚ ਲਿਖਿਆ ਗਿਆ ਸੀ ਆਪਸ਼ਨ ਨੰਬਰ ਏ ਇਸ ਆ ਰਾਈਟ ਆਨਸਰ ਇਟਾਲਿਕ ਨੈਕਸਟ ਕੁਐਸ਼ਨ ਵਿਸ਼ਵ ਦਾ ਸਭ ਤੋਂ ਲੰਬਾ ਲਿਖਤ ਸੰਵਿਧਾਨ ਕਿਹੜੇ ਦੇਸ਼ ਦਾ ਹੈ অপশন নাম্বার এ ইজ দা রাইট आंसर इंडिया ਜਾਨੀ ਕਿ ਭਾਰਤ ਦਾ ਸੰਵਿਧਾਨ ਹੈ ਜਿਹੜਾ ਇਹ ਸਭ ਤੋਂ ਲੰਬਾ ਲਿਖਤ ਸੰਵਿਧਾਨ ਹੈ ਠੀਕ ਹੈ ਜੀ ਸਾਰੇ ਦੇਸ਼ਾਂ ਦੇ ਸੰਵਿਧਾਨ ਨਾਲੋਂ ਜ਼ਿਆਦਾ ਲੰਬਾ ਹੈ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਕਿਸ ਨੇ ਪ੍ਰਸਤੁਤ ਕੀਤੀ ਸੀ রাইਟ ਆਨਸਰ ਹੈ ਜੀ অপশন ਨੰਬਰ ਡੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੰਡਿਤ ਜਵਾਹਰ ਲਾਲ ਨਹਿਰੂ ਨੇ ਪ੍ਰਸਤੁਤ ਕੀਤੀ ਸੀ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਦੀ ਚਾਬੀ ਕਿਸ ਨੂੰ ਕਿਹਾ ਜਾਂਦਾ ਹੈ ਰਾਈਟ ਆਨਸਰ ਆਪਸ਼ਨ ਨੰਬਰ A ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੀ ਚਾਬੀ ਪ੍ਰਸਤਾਵਨਾ ਨੂੰ ਕਿਹਾ ਜਾਂਦਾ ਹੈ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਹੜੇ ਦੇਸ਼ ਤੋਂ ਲਏ ਗਏ ਹਨ অপশন নাম্বার বি ইজ দা রাইট आंसर মৌলিক অধিকার মৌলিক অধিকার ਕਿਹਦੇ ਤੋਂ ਲਈ ਗਈ ਆ ਅਮਰੀਕਾ ਤੋਂ ਲਈ ਗਈ ਆ ਇਸ ਤੋਂ ਇਲਾਵਾ প্রেসিডেন্ট ਦੀ ਜਿਹੜੀ ਪੋਸਟ ਆ ਉਹ ਵੀ ਅਮਰੀਕਾ ਤੋਂ ਲਈ ਗਈ ਆ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਨਾਗਰਿਕਤਾ ਕਿਹੜੇ ਦੇਸ਼ ਤੋਂ ਲਈ ਗਈ ਆ অপশন নাম্বার সি ইজ দা রাইট आंसर ইংল্যান্ড بھارتی সংবিধান ਦੇ ਵਿੱਚ ਨਾਗਰਿਕਤਾ ইংল্যান্ড ਤੋਂ ਲਈ ਗਈ ਆ ਨੈਕਸਟ ਕੁਐਸ਼ਨ ਰਾਸ਼ਟਰਪਤੀ ਉੱਪਰ ਮਹਾਦੋਸ਼ ਦੀ ਪ੍ਰਕਿਰਿਆ ਉਪਰਾਸ਼ਟਰਪਤੀ ਅਤੇ ਸੁਪਰੀਮ ਕੋਰਟ ਦੇ ਮੁੱਖ ਜੱਜਾਂ ਨੂੰ ਹਟਾਉਣ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਗਈ ਆ ਰਾਈਟ ਆਂਸਰ ਹੈ ਜੀ অপਸ਼ਨ ਨੰਬਰ ਏ ਅਮਰੀਕਾ ਅਮਰੀਕਾ ਤੋਂ ਲਈ ਗਈ ਆ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਵਿੱਤੀ ਅਪਾਤਕਾਲ ਦੀ ਜਾਣਕਾਰੀ ਕਿਹੜੇ ਦੇਸ਼ ਤੋਂ ਲਈ ਗਈ ਆ ਆਪਸ਼ਨ ਨੰਬਰ A ਇਸ ਆ ਰਾਈਟ ਆਨਸਰ ਅਮਰੀਕਾ ਇਸ ਤੋਂ ਇਲਾਵਾ ਜੇਕਰ ਕੱਲੇ ਅਪਾਤਕਾਲ ਲਿਖਿਆ ਜੇ ਯਾਨੀ ਕਿ ਭਾਰਤੀ ਸੰਵਿਧਾਨ ਵਿੱਚ ਅਪਾਤਕਾਲ ਦੀ ਜਾਣਕਾਰੀ ਕਿਹੜੇ ਦੇਸ਼ ਤੋਂ ਲਈ ਗਈ ਆ ਤਾਂ ਰਾਈਟ ਆਨਸਰ ਹੋਵੇਗਾ ਜਰਮਨੀ ਓਕੇ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਸਮਵਰਤੀ ਸੂਚੀ ਕਿਹੜੇ ਦੇਸ਼ ਤੋਂ ਲਈ ਗਈ ਆ ਆਪਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਆਸਟ੍ਰੇਲੀਆ ਤੋਂ ਭਾਰਤੀ ਸੰਵਿਧਾਨ ਦੇ ਵਿੱਚ ਸਮਵਰਤੀ ਸੂਚੀ ਆਸਟ੍ਰੇਲੀਆ ਤੋਂ ਲਈ ਗਈ ਆ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਵਿੱਚ ਮੌਲਿਕ ਕਰਤੱਵਾਂ ਦੀ ਜਾਣਕਾਰੀ ਕਿਹੜੇ ਦੇਸ਼ ਤੋਂ ਲਈ ਗਈ ਆ ਆਪਸ਼ਨ ਨੰਬਰ ਸੀ ਇਜ਼ ਆ ਰਾਈਟ ਆਂਸਰ ਰੂਸ ਹੁਣ ਦੇਖੋ ਇੱਥੇ ਮੌਲਿਕ ਕਰਤੱਬ ਲਿਖਿਆ ਇਹ ਰੂਸ ਤੋਂ ਲਈ ਗਈ ਆ ਜਿਹੜੇ ਮੌਲਿਕ ਅਧਿਕਾਰ ਆ ਇਹ ਅਮਰੀਕਾ ਤੋਂ ਲਈ ਗਏ ਆ ਠੀਕ ਹੈ ਜੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਨੈਕਸਟ ਕੁਐਸ਼ਨ ਭਾਰਤ ਦੇ ਸੰਵਿਧਾਨ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਕਿਹੜੇ ਦੇਸ਼ ਤੋਂ ਲਈ ਗਈ ਆ ਆਪਸ਼ਨ ਨੰਬਰ ਡੀ ਇਜ਼ ਆ ਰਾਈਟ ਆਂਸਰ ਆਸਟ੍ਰੇਲੀਆ ਸੌਰੀ ਆਸਟ੍ਰੇਲੀਆ ਨਹੀਂ ਦੱਖਣੀ ਅਫਰੀਕਾ ਭਾਰਤ ਦੇ ਸੰਵਿਧਾਨ ਵਿੱਚ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਜਿਹੜੀ ਇਹ ਦੱਖਣੀ ਅਫਰੀਕਾ ਤੋਂ ਲਈ ਗਈ ਆ ਤੇ ਜਿਹੜੀ ਇਹ ਸੰਵਰਤੀ ਸੂਚੀ ਹੈ ਇਹ ਆਸਟ੍ਰੇਲੀਆ ਦੇ ਵਿੱਚ ਲਈ ਗਈ ਆ ਠੀਕ ਹੈ ਸੰਵਰਤੀ ਸੂਚੀ ਤੇ ਪ੍ਰਸਤਾਵਨਾ ਦੀ ਭਾਸ਼ਾ ਇਹ ਆਸਟ੍ਰੇਲੀਆ ਤੋਂ ਲਈਆਂ ਗਈਆਂ ਵਾ ਤੇ ਜਿਹੜੀ ਸੰਸ਼ੋਧਨ ਕਰਨ ਦੀ ਪ੍ਰਕਿਰਿਆ ਵਾ ਇਹ ਦੱਖਣੀ ਅਫਰੀਕਾ ਤੋਂ ਲਈ ਗਈ ਆ ਠੀਕ ਹੈ ਜੀ ਨੈਕਸਟ ਕੁਐਸਚਨ ਸੰਗਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਉਦੇਸ਼ ਕਿਹੜੀ ਸੂਚੀ ਦੇ ਵਿੱਚ ਮਿਲਦਾ ਹੈ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ ਪਹਿਲੀ ਸੂਚੀ ਦੇ ਵਿੱਚ ਨੈਕਸਟ ਕੁਐਸਚਨ ਭਾਰਤੀ ਸੰਵਿਧਾਨ ਪ੍ਰਸਤਾਵਨਾ ਦੀ ਭਾਸ਼ਾ ਕਿਹੜੇ ਦੇਸ਼ ਤੋਂ ਲਈ ਗਈ ਆ ਹਾਂ ਜੀ ਭਾਰਤੀ ਸੰਵਿਧਾਨ ਦੇ ਵਿੱਚ ਜਿਹੜੀ ਪ੍ਰਸਤਾਵਨਾ ਦੀ ਭਾਸ਼ਾ ਵਾਹ ਕਿਹੜੇ ਦੇਸ਼ ਤੋਂ ਲਈ ਗਈ ਆ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਡੀ ਆਸਟ੍ਰੇਲੀਆ ਆਸਟ੍ਰੇਲੀਆ ਦੇਸ਼ ਤੋਂ ਲਈ ਗਈ ਆ ਪ੍ਰਸਤਾਵਨਾ ਦੀ ਭਾਸ਼ਾ ਭਾਰਤ ਦੇ ਸੰਵਿਧਾਨ ਦੇ ਵਿੱਚ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਗਠਨ ਦਾ ਵਿਚਾਰ ਸਭ ਤੋਂ ਪਹਿਲਾਂ ਕਿਸ ਨੇ ਕੀਤਾ ਸੀ অপশন নাম্বার সি ইজ আ রাইট আনসার এম এন রাও ਨੇ ਕੀਤਾ ਸੀ সংবিধান সভা ਦੇ ਗਠਨ ਦਾ ਵਿਚਾਰ ਸਭ ਤੋਂ ਪਹਿਲਾਂ এম এন রাও ਨੇ ਕੀਤਾ ਸੀ ਨੈਕਸਟ ਕੁਐਸਚਨ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਦੇ ਲਈ ਕਦੋਂ ਕ੍ਰਿਪਸ ਮਿਸ਼ਨ ਭਾਰਤ ਆਇਆ ਸੀ অপশন নাম্বার এ ইজ আ রাইট আনসার 1942 ਭਾਰਤ ਦੇ ਸੰਵਿਧਾਨ ਦੇ ਨਿਰਮਾਣ ਦੇ ਲਈ 1942 ਦੇ ਵਿੱਚ ਕ੍ਰਿਪਸ ਮਿਸ਼ਨ ਆ ਜਿਹੜਾ ਆਇਆ ਸੀ ਤੇ ਕੈਬਨਟ ਮਿਸ਼ਨ ਕਦੋਂ ਆਇਆ ਸੀ 1946 ਦੇ ਵਿੱਚ ਇਹ ਵੀ ਤੁਸੀਂ ਧਿਆਨ ਚ ਰੱਖਣਾ ਠੀਕ ਹੈ ਕੈਬਨਟ ਮਿਸ਼ਨ 1946 ਦੇ ਵਿੱਚ ਆਇਆ ਸੀ ਤੇ ਕ੍ਰਿਪਸ ਮਿਸ਼ਨ 1942 ਦੇ ਵਿੱਚ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਕਦੋਂ ਹੋਈ ਸੀ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ 1946 ਨੂੰ 1946 ਦੇ ਵਿੱਚ 9 ਦਸੰਬਰ ਨੂੰ ਸੰਵਿਧਾਨ ਸਭਾ ਦੀ ਪਹਿਲੀ ਬੈਠਕ ਹੋਈ ਸੀ ਤੇ 11 ਦਸੰਬਰ ਨੂੰ ਸੰਵਿਧਾਨ ਸਭਾ ਦੀ ਦੂਜੀ ਬੈਠਕ ਹੋਈ ਸੀ 13 ਦਸੰਬਰ ਨੂੰ ਸੰਵਿਧਾਨ ਸਭਾ ਦੀ ਤੀਜੀ ਬੈਠਕ ਹੋਈ ਸੀ ਤੇ ਸੰਵਿਧਾਨ ਸਭਾ ਦੀਆਂ ਕੁੱਲ 11 ਬੈਠਕਾਂ ਹੋਈਆਂ ਸੀਗੀਆਂ ਇਹ ਤੁਸੀਂ ਯਾਦ ਰੱਖਣਾ ਜਿਹੜੀ ਆਖਰੀ ਬੈਠਕ ਸੀ ਉਹ 24 ਜਨਵਰੀ 1950 ਨੂੰ ਹੋਈ ਸੀ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਪਹਿਲੇ ਅਸਥਾਈ ਚੇਅਰਮੈਨ ਕੌਣ ਸਨ ਅਸਥਾਈ ਚੇਅਰਮੈਨ ਕੌਣ ਸੀ ਪਹਿਲੇ ਰਾਈਟ ਆਨਸਰ ਹੈ ਜੀ অপਸ਼ਨ ਨੰਬਰ A ਡਾਕਟਰ ਸਚੀਦਾ ਨੰਦ ਸਿਨਾ ਇਹ ਸੰਵਿਧਾਨ ਸਭਾ ਦੇ ਅਸਥਾਈ ਚੇਅਰਮੈਨ ਸੀਗੇ ਜਿਹੜੇ 9 ਦਸੰਬਰ ਵਾਲੀ ਬੈਠਕ ਦੇ ਚੇਅਰਮੈਨ ਸੀ ਜਿਹੜੀ 9 ਦਸੰਬਰ ਨੂੰ ਪਹਿਲੀ ਬੈਠਕ ਹੋਈ ਸੀ ਉਹਦੇ ਚੇਅਰਮੈਨ ਸੀ ਉਸ ਤੋਂ ਬਾਅਦ ਪਰਮਾਨੈਂਟ ਚੇਅਰਮੈਨ ਕੌਣ ਬਣੇ ਸੀਗੇ ਉਹ ਹਣੇ ਸੀ ਜੀ ਡਾਕਟਰ ਰਜਿੰਦਰ ਪ੍ਰਸ਼ਾਦ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਪਹਿਲੇ ਸਥਾਈ ਚੇਅਰਮੈਨ ਕਿਸ ਨੂੰ ਨਿਯੁਕਤ ਕੀਤਾ ਗਿਆ ਸੀ ਹਾਂਜੀ ਉੱਥੇ ਪਹਿਲੇ ਅਸਥਾਈ ਲਿਖਿਆ ਸੀਗਾ ਇੱਥੇ ਧਿਆਨ ਦੇਣਾ ਹੁਣ ਸਥਾਈ ਲਿਖਿਆ ਵਾ ਠੀਕ ਹੈ ਇਹਦੇ ਚੇਅਰਮੈਨ ਸੀਗੇ ਜੀ ਡਾਕਟਰ ਰਜਿੰਦਰ ਪਰਸ਼ਾਦ অপਸ਼ਨ ਨੰਬਰ B ਇਜ਼ ਦਾ ਰਾਈਟ ਆਨਸਰ ਸੰਵਿਧਾਨ ਸਭਾ ਦੇ ਪਹਿਲੇ ਸਥਾਈ ਚੇਅਰਮੈਨ ਸਨ ਡਾਕਟਰ ਰਜਿੰਦਰ ਪਰਸ਼ਾਦ ਤੇ ਪਰਮਾਨੈਂਟ ਚੇਅਰ ਬਣ ਗਏ ਸੀ ਉਸ ਤੋਂ ਬਾਅਦ ਜਿੰਨੀਆਂ ਵੀ 11 ਬੈਠਕਾਂ ਹੋਈਆਂ ਸੀ ਟੋਟਲ 2 ਤੋਂ ਲੈ ਕੇ 11 ਤੱਕ ਇਹੀ ਚੇਅਰਮੈਨ ਰਹੀ ਫਿਰ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸਨ ਹਾਂਜੀ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀ ਆਪਸ਼ਨ ਨੰਬਰ A ਇਸ ਆ ਰਾਈਟ ਸੌਰੀ ਆਪਸ਼ਨ ਨੰਬਰ C ਇਸ ਆ ਰਾਈਟ ਆਨਸਰ ਡਾਕਟਰ ਪੀ ਮਰಾವ್ ਅੰਬੇਡਕਰ ਸੰਵਿਧਾਨ ਸਭਾ ਦੇ ਡਰਾਫਟਿੰਗ ਕਮੇਟੀ ਦੇ ਪਹਿਲੇ ਚੇਅਰਮੈਨ ਕੌਣ ਸੀਗੇ ਡਾਕਟਰ ਪੀ ਮਰಾವ್ ਅੰਬੇਡਕਰ ਇਹੀ ਚੇਅਰਮੈਨ ਸੀਗੇ ਸੌਰੀ ਮੈਂ ਵਿੱਚ ਪਹਿਲੇ ਬੋਲਤਾ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਸੰਘ ਸ਼ਕਤੀ ਕਮੇਟੀ ਦੇ ਚੇਅਰਮੈਨ ਕੌਣ ਸਨ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਪੰਡਿਤ ਜਵਾਹਰ ਲਾਲ ਨਹਿਰੂ ਹੁਣ ਇੰਨਾ ਚ ਤੁਸੀਂ ਧਿਆਨ ਰੱਖਣਾ ਸੰਘ ਸ਼ਕਤੀ ਕਮੇਟੀ ਦੇ ਚੇਅਰਮੈਨ ਸੀ ਪੰਡਿਤ ਜਵਾਹਰ ਲਾਲ ਨਹਿਰੂ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਸਨ ਡਾਕਟਰ ਬੀ ਆਰ ਅੰਬੇਡਕਰ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੇ ਰਾਸ਼ਟਰੀ ਝੰਡਾ ਕਮੇਟੀ ਦੇ ਚੇਅਰਮੈਨ ਕੌਣ ਸਨ ਹਾਂਜੀ ਸੰਵਿਧਾਨ ਸਭਾ ਦੇ ਰਾਸ਼ਟਰੀ ਝੰਡਾ ਕਮੇਟੀ ਦੇ ਚੇਅਰਮੈਨ ਕੌਣ ਸਨ ਆਪਸ਼ਨ ਨੰਬਰ A B ਇਸ ਆ ਰਾਈਟ ਆਨਸਰ ਡਾਕਟਰ ਰਜਿੰਦਰ ਪ੍ਰਸ਼ਾਦ ਸੰਵਿਧਾਨ ਸਭਾ ਦੇ ਰਾਸ਼ਟਰੀ ਝੰਡਾ ਕਮੇਟੀ ਦੇ ਚੇਅਰਮੈਨ ਡਾਕਟਰ ਰਜਿੰਦਰ ਪ੍ਰਸ਼ਾਦ ਸੀ ਨੈਕਸਟ ਕੁਐਸਚਨ ਸੰਵਿਧਾਨ ਸਭਾ ਵਿੱਚ ਅਨੁਸੂਚਿਤ ਜਨਜਾਤੀ ਦੇ ਮੈਂਬਰਾਂ ਦੀ ਸੰਖਿਆ ਕਿੰਨੀ ਸੀ অপশন নাম্বার এ ইজ আ রাইট আনসার 33 টেস্ট ਤੋਂ ਇਲਾਵਾ ਸੀ ਪਹਿਲਾਂ ਗੱਲ ਕੀਤੀ ਸੀ ਮੁਸਲਿਮ ਲੀਗ ਦੀਆਂ ਕਿੰਨੀਆਂ ਸੀਟਾਂ ਸੀਗੀਆਂ ਉਹ ਕਿੰਨੇ ਸੀਗੇ 73 ਤੇ ਸੰਵਿਧਾਨ ਦੇ ਵਿੱਚ ਮਹਿਲਾ ਦੀ ਗਿਣਤੀ ਕਿੰਨੀ ਸੀਗੀ ਉਹ ਸੀ ਜੀ 15 ਨੈਕਸਟ ਕੁਐਸਚਨ ਸੰਵਿਧਾਨ ਸਭਾ ਵਿੱਚ ਮਹਿਲਾ ਮੈਂਬਰਾਂ ਦੀ ਗਿਣਤੀ ਕਿੰਨੀ ਸੀ অপশন ਨੰਬਰ ਡੀ ਇਸ ਆ রাইਟ ਆਨਸਰ 15 ਨੈਕਸਟ ਕੁਐਸਚਨ ਸੰਵਿਧਾਨ ਦੇ ਨਿਰਮਾਣ ਵਿੱਚ ਕੁੱਲ ਕਿੰਨਾ ਸਮਾਂ ਲੱਗਿਆ ਸੀ ਆਪਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਸੰਵਿਧਾਨ ਦੇ ਨਿਰਮਾਣ ਵਿੱਚ ਠੀਕ ਹੈ ਜੀ ਸੰਵਿਧਾਨ ਲਿਖਣ ਦੇ ਵਿੱਚ ਕਿੰਨਾ ਸਮਾਂ ਲੱਗਿਆ ਸੀਗਾ ਤੇ ਤੁਸੀਂ ਇੱਕ ਗੱਲ ਦਾ ਇੱਥੇ ਧਿਆਨ ਦੇਣਾ ਪੇਪਰ ਦੇ ਵਿੱਚ ਜ਼ਿਆਦਾਤਰ ਇਦਾਂ ਹੁੰਦਾ ਹੁਣ ਹੈੱਡ ਕਨਸਟੇਬਲ ਦਾ ਵੀ ਪੇਪਰ ਹੋ ਕੇ ਹਟਿਆ ਵਾ ਦੇਖੋ ਉਹਦੇ ਵਿੱਚ ਵੀ ਇਹ ਆਪਸ਼ਨ ਆ ਨਹੀਂ ਸੀ ਤਾਂ ਫਿਰ ਉਹਦੇ ਵਿੱਚ ਕੀ ਆਊਗਾ ਲਗਭਗ 3 ਸਾਲ ਹੋ ਸਕਦਾ ਕੁਐਸਚਨ ਦੇ ਵਿੱਚ ਇਸ ਤਰ੍ਹਾਂ ਆ ਜੇ ਸੰਵਿਧਾਨ ਦੇ ਨਿਰਮਾਣ ਵਿੱਚ ਲਗਭਗ ਕਿੰਨਾ ਸਮਾਂ ਲੱਗਿਆ ਸੀ ਤੇ ਫਿਰ ਤੁਸੀਂ ਜਦੋਂ ਲਗਭਗ ਲਿਖਿਆ ਆ ਗਿਆ ਉਦੋਂ 3 ਸਾਲ ਲਿਖੋਗੇ ਤੇ ਜੇਕਰ ਉਹਦੇ ਵਿੱਚ ਆ ਵਾਲੀਆਂ ਆਪਸ਼ਨਾਂ ਨਹੀਂ ਆਉਂਦੀਆਂ ਗਿਆ ਫਿਰ ਵੀ ਤੁਸੀਂ 3 ਸਾਲ ਦੀ ਆਪਸ਼ਨ ਟਿਕ ਕਰੋਗੇ ਹਾਂਜੀ ਆਪਸ਼ਨ ਨੰਬਰ ਇਹਦੇ ਵਿੱਚ ਹੈਗੀ ਆ ਸੀ ਇਜ਼ ਅ ਰਾਈਟ ਆਨਸਰ 2 ਸਾਲ 11 ਮਹੀਨੇ 18 ਦਿਨ ਲੱਗੇ ਸੀ ਸੰਵਿਧਾਨ ਨੂੰ ਲਿਖਣ ਦੇ ਵਿੱਚ ਨੈਕਸਟ ਕੁਐਸ਼ਨ ਸੰਵਿਧਾਨ ਸਭਾ ਦੀਆਂ ਕੁੱਲ ਕਿੰਨੀਆਂ ਬੈਠਕਾਂ ਹੋਈਆਂ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ 11 11 ਬੈਠਕਾਂ ਹੋਈਆਂ ਸੀ ਸੰਵਿਧਾਨ ਸਭਾ ਦੀਆਂ ਨੈਕਸਟ ਕੁਐਸ਼ਨ ਸੰਵਿਧਾਨ ਸਭਾ ਦੀ ਆਖਰੀ ਬੈਠਕ ਕਦੋਂ ਹੋਈ ਸੀ ਰਾਈਟ ਆਨਸਰ ਆਪਸ਼ਨ ਨੰਬਰ ਬੀ 24 ਜਨਵਰੀ 1950 ਈਸਵੀ ਨੂੰ ਸੰਵਿਧਾਨ ਸਭਾ ਦੀ ਆਖਰੀ ਬੈਠਕ ਹੋਈ ਸੀ ਤੇ 26 ਜਨਵਰੀ 1950 ਨੂੰ ਸੰਵਿਧਾਨ ਲਾਗੂ ਹੋ ਗਿਆ ਸੀ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੁਆਰਾ ਕਦੋਂ ਰਾਸ਼ਟਰੀ ਝੰਡੇ ਨੂੰ ਅਪਣਾਇਆ ਗਿਆ ਸੀ ਹਾਂਜੀ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਝੰਡੇ ਨੂੰ ਕਦੋਂ ਅਪਣਾਇਆ ਗਿਆ ਸੀ ਆਪਸ਼ਨ ਨੰਬਰ ਬੀ ਇਜ਼ ਅ ਰਾਈਟ ਆਨਸਰ 22 ਜੁਲਾਈ 1947 ਈਸਵੀ ਨੂੰ ਤਰੰਗਾ ਝੰਡਾ ਜਿਹੜਾ ਉਹਨੂੰ ਰਾਸ਼ਟਰੀ ਝੰਡਾ અપਨਾਇਆ ਗਿਆ ਸੀ ਠੀਕ ਹੈ ਜੀ ਰਾਸ਼ਟਰੀ ਝੰਡੇ ਨੂੰ અપਨਾਇਆ ਗਿਆ ਸੀ ਤਿਰੰਗੇ ਨੂੰ ਜਾਨੀ ਕਿ અપਨਾਇਆ ਗਿਆ ਸੀ ਨੈਕਸਟ ਕੁਐਸਚਨ ਸੰਵਿਧਾਨ ਸਭਾ ਦੁਆਰਾ ਕਦੋਂ ਰਾਸ਼ਟਰੀ ਗਾਣ ਨੂੰ અપਨਾਇਆ ਗਿਆ ਸੀ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ 24 ਜਨਵਰੀ 1950 ਨੂੰ ਸੰਵਿਧਾਨ ਸਭਾ ਨੂੰ ਰਾਸ਼ਟਰੀ ਸੌਰੀ ਸੰਵਿਧਾਨ ਸਭਾ ਦੁਆਰਾ ਰਾਸ਼ਟਰੀ ਗਾਣ ਨੂੰ અપਨਾਇਆ ਗਿਆ ਸੀ ਇਸ ਤੋਂ ਇਲਾਵਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸਣਾ ਹੋਵੇਗਾ ਕਿ ਰਾਸ਼ਟਰੀ ਗੀਤ ਨੂੰ ਪਹਿਲੀ ਵਾਰ ਕਦੋਂ ਅਤੇ ਕਿੱਥੇ ਗਾਇਆ ਗਿਆ ਸੀ ਨੈਕਸਟ ਕੁਐਸਚਨ ਭਾਰਤ ਕਦੋਂ ਰਾਸ਼ਟਰੀ ਮੰਡਲ ਦਾ ਮੈਂਬਰ ਬਣਿਆ ਸੀ অপਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਮਈ 1949 ਈਸਵੀ ਨੂੰ ਭਾਰਤ ਰਾਸ਼ਟਰੀ ਮੰਡਲ ਦਾ ਮੈਂਬਰ ਬਣਿਆ ਸੀ ਨੈਕਸਟ ਕੁਐਸਚਨ ਆ자ਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ ਹਾਂਜੀ ਪਹਿਲੇ ਜਿਹੜੇ ਆ ਫਰਸਟ ਮੰਤਰੀਆਂ ਦੀ ਜਿਹੜੀ ਗੱਲ ਹੋਈ ਹੈ ਇਹਦੇ ਤੇ ਮੈਂ ਪਹਿਲਾਂ ਇੱਕ ਵੀਡੀਓ ਬਣਾ ਚੁੱਕੀ ਹਾਂ ਜਿਦੇ ਵਿੱਚ ਸਾਰੇ ਮੰਤਰੀ ਦੱਸੇ ਸੀ ਤੇ ਉਸ ਤੋਂ ਵਿੱਚ ਜਿਹੜੇ ਇੰਪੋਰਟੈਂਟ ਰਹਿ ਗਏ ਸੀਗੇ ਉਹ ਮੈਂ ਇਸ ਵੀਡੀਓ ਦੇ ਵਿੱਚ ਐਡ ਕਰ ਦਿੱਤੇ ਆ ਤੇ ਇਹ ਧਿਆਨ ਨਾਲ ਦੇਖਣਾ ਠੀਕ ਹੈ ਆ자ਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਕੌਣ ਸਨ ਆਪਸ਼ਨ ਨੰਬਰ ਏ ਇਸ ਆ ਰਾਈਟ ਆਨਸਰ ਸਰਦਾਰ ਵੱਲਵਭਾਈ ਪਟੇਲ ਇਹ ਆਜ਼ਾਦ ਭਾਰਤ ਦੇ ਪਹਿਲੇ ਗ੍ਰਹਿ ਮੰਤਰੀ ਸੀ ਨੈਕਸਟ ਕੁਐਸ਼ਨ ਆਜ਼ਾਦ ਭਾਰਤ ਦੇ ਪਹਿਲੇ ਖੇਤੀ ਮੰਤਰੀ ਕੌਣ ਸਨ অপਸ਼ਨ ਨੰਬਰ ਬੀ ਇਸ ਆ ਰਾਈਟ ਆਨਸਰ ਡਾਕਟਰ ਰਜਿੰਦਰ ਪ੍ਰਸ਼ਾਦ ਡਾਕਟਰ ਰਜਿੰਦਰ ਪ੍ਰਸ਼ਾਦ ਆਜ਼ਾਦ ਭਾਰਤ ਦੇ ਪਹਿਲੇ ਖੇਤੀ ਮੰਤਰੀ ਸਨ ਨੈਕਸਟ ਕੁਐਸ਼ਨ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਕੌਣ ਸਨ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਡਾਕਟਰ ਮਲਾਣਾ ਮੋਲਾਨਾ ਅਬੁਲ ਕਲਾਮ ਅਜ਼ਾਦ ਆਜ਼ਾਦ ਭਾਰਤ ਦੇ ਪਹਿਲੇ ਸਿੱਖਿਆ ਮੰਤਰੀ ਸਨ ਨੈਕਸਟ ਕੁਐਸਚਨ ਆਜ਼ਾਦ ਭਾਰਤ ਦੇ ਪਹਿਲੇ ਰੇਲਵੇ ਮੰਤਰੀ ਕੌਣ ਬਣੇ ਸਨ ਆਪਸ਼ਨ ਨੰਬਰ ਡੀ ਇਜ਼ ਆ ਰਾਈਟ ਆਨਸਰ ਜான் ਮਿਥਾਈ ਇਹ ਆਜ਼ਾਦ ਭਾਰਤ ਦੇ ਪਹਿਲੇ ਰੇਲਵੇ ਮੰਤਰੀ ਬਣੇ ਸੀ ਨੈਕਸਟ ਕੁਐਸਚਨ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਕੌਣ ਬਣੇ ਸਨ অপਸ਼ਨ ਨੰਬਰ A ਇਸ ਆ ਰਾਈਟ ਆਨਸਰ ਡਾਕਟਰ ਪੀਮਰਾਓ ਅੰਬੇਡਕਰ ਇਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਮੰਤਰੀ ਸੀ ਨੈਕਸਟ ਕੁਐਸਚਨ ਆਜ਼ਾਦ ਭਾਰਤ ਦੇ ਪਹਿਲੇ ਸੁਰੱਖਿਆ ਮੰਤਰੀ ਕੌਣ ਬਣੇ ਸਨ অপਸ਼ਨ ਨੰਬਰ B ਇਸ ਆ ਰਾਈਟ ਆਨਸਰ ਸਰਦਾਰ ਬੱਲਵ ਸਿੰਘ ਸੌਰੀ ਸਰਦਾਰ ਬਲਦੇਵ ਸਿੰਘ ਸਰਦਾਰ ਬਲਦੇਵ ਸਿੰਘ ਆਜ਼ਾਦ ਭਾਰਤ ਦੇ ਪਹਿਲੇ ਸੁਰੱਖਿਆ ਮੰਤਰੀ ਬਣੇ ਸਨ ਨੈਕਸਟ ਕੁਐਸ਼ਨ ਆਜ਼ਾਦ ਭਾਰਤ ਦੇ ਪਹਿਲੇ ਸਿਹਤ ਮੰਤਰੀ ਕੌਣ ਸਨ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ ਰਾਜਕੁਮਾਰੀ ਅਮਰਕੌਰ ਨੈਕਸਟ ਕੁਐਸ਼ਨ ਆਜ਼ਾਦ ਭਾਰਤ ਦੇ ਪਹਿਲੇ ਵਿੱਤ ਮੰਤਰੀ ਕੌਣ ਸਨ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਆਰ ਕੇ ਸੰਮੁਖ ਸੈਂਟੀ आर के 산मुख सेंटि नेक्स्ट क्वेश्चन संविधान सभा द्वारा भारतीय संविधान कबो पास किया गया सी हां जी 26 नवंबर 1949 ईस्वी दे विच संविधान सभा द्वारा भारतीय संविधान नु पास किया गया सी ऑप्शन नंबर बी इज द राइट आंसर नेक्स्ट क्वेश्चन ਭਾਰਤ ਦੇ ਮੂਲ ਸਵਿਧਾਨ ਵਿੱਚ ਅਨੁਸ਼ੇਧਾਂ ਦੀ ਗਿਣਤੀ ਕਿੰਨੀ ਸੀ ਹਾਂਜੀ ਮੂਲ ਸਵਿਧਾਨ ਦੇ ਵਿੱਚ ਮਤਲਬ ਕੀ ਆ ਜਦੋਂ ਭਾਰਤ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਉਸ ਸਮੇਂ ਦੀ ਗੱਲ ਕੀਤੀ ਗਈ ਆ ਠੀਕ ਹੈ ਜੀ ਪਿਛਲੀ ਵਾਰੀ ਵੀ ਕੁਐਸਚਨ ਦੇ ਵਿੱਚ ਮੂਲ ਸਵਿਧਾਨ ਲਿਖਿਆ ਸੀ ਤੁਸੀਂ ਸਾਰੇ ਕਮੈਂਟ ਕਰ ਰਹੇ ਸੀ ਕਿ ਇਹ ਗੱਲ ਤਾਂ 465 ਪਲੱਸ ਆ ਨਹੀਂ ਜੀ ਜਿਹੜੇ 465 ਪਲੱਸ ਆ ਇਹ ਐਟ ਪ੍ਰੈਜ਼ੈਂਟ ਆ ਤੇ ਜਦੋਂ ਸੰਵਿਧਾਨ ਬਣ ਕੇ ਤਿਆਰ ਹੋਇਆ ਸੀ ਮੂਲ ਸਵਿਧਾਨ ਦੇ ਵਿੱਚ ਕਿੰਨੇ ਆਰਟੀਕਲ ਸੀ ਕਿੰਨੇ ਅਨੁਸ਼ੇਧਾਂ ਸੀ ਕਿੰਨੀਆਂ ਆਰਟੀਕਲ ਸੀ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਸੀ অপਸ਼ਨ ਨੰਬਰ ਸੀ ਇਸ ਆ ਰਾਈਟ ਆਨਸਰ 395 ਭਾਰਤ ਦੇ ਮੂਲ ਸੰਵਿਧਾਨ ਦੇ ਵਿੱਚ 395 ਅਨੁਛੇਦਾਂ ਸੀਗੀਆਂ 395 ਆਰਟੀਕਲ ਸੀ ਤੇ ਹੁਣ ਐਟ ਪ੍ਰੈਸੈਂਟ 465 ਆ ਮਤਲਬ 465 ਪਲੱਸ ਆ 465 ਪਲੱਸ ਨੈਕਸਟ ਕੁਐਸਚਨ ਭਾਰਤ ਦੇ ਮੂਲ ਸੰਵਿਧਾਨ ਵਿੱਚ ਕੁੱਲ ਕਿੰਨੇ ਭਾਗ ਹਨ ਹਾਂਜੀ ਭਾਰਤ ਦੇ ਮੂਲ ਸੰਵਿਧਾਨ ਵਿੱਚ ਕੁੱਲ ਕਿੰਨੇ ਭਾਗ ਹਨ ਰਾਈਟ ਆਨਸਰ ਹੈ ਜੀ অপਸ਼ਨ ਨੰਬਰ ਏ 22 ਭਾਰਤ ਦੇ ਮੂਲ ਸੰਵਿਧਾਨ ਦੇ ਵਿੱਚ ਕੁੱਲ 22 ਭਾਗ ਸਨ ਤੇ ਐਟ ਪ੍ਰੈਜੈਂਟ ਕਿੰਨੇ ਆ ਹੁਣ ਐਟ ਪ੍ਰੈਜੈਂਟ ਭਾਰਤ ਦੇ ਮੂਲ ਸੰਵਿਧਾਨ ਦੇ ਵਿੱਚ 25 ਭਾਗ ਆ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਵਰਤਮਾਨ ਸਮੇਂ ਭਾਰਤੀ ਸੰਵਿਧਾਨ ਵਿੱਚ ਅਨੁਸੂਚੀਆਂ ਦੀ ਗਿਣਤੀ ਕਿੰਨੀ ਹੈ ਹਾਂਜੀ ਵਰਤਮਾਨ ਸਮੇਂ ਲਿਖਿਆ ਇਹਦਾ ਗੱਲ ਦਾ ਧਿਆਨ ਦੇਣਾ ਆਪਸ਼ਨ ਨੰਬਰ ਸੀ ਇਜ਼ ਆ ਰਾਈਟ ਆਨਸਰ ਵਰਤਮਾਨ ਸਮੇਂ ਅਨੁਸੂਚੀਆਂ ਦੀ ਗਿਣਤੀ 12 ਆ ਤੇ ਮੂਲ ਸੰਵਿਧਾਨ ਦੇ ਵਿੱਚ ਅਨੁਸੂਚੀਆਂ ਦੀ ਗਿਣਤੀ 8 ਸੀ ਇਹ ਤੁਸੀਂ ਯਾਦ ਰੱਖਣਾ ਨੈਕਸਟ ਕੁਐਸਚਨ ਪੰਜਾਬੀ ਨਾਲ ਸੰਬੰਧਿਤ ਕਿਹੜੀ ਉਪਭਾਸ਼ਾ ਨੂੰ ਰਾਸ਼ਟਰੀ ਭਾਸ਼ਾਾਂ ਦੀ ਸੂਚੀ ਦੇ ਵਿੱਚ ਰੱਖਿਆ ਗਿਆ ਹੈ ਆਪਸ਼ਨ ਨੰਬਰ ਬੀ ਇਜ਼ ਆ ਰਾਈਟ ਆਨਸਰ ਡੋਗਰੀ ਹਾਂਜੀ ਡੋਗਰੀ ਭਾਸ਼ਾ ਨੂੰ ਉਪਭਾਸ਼ਾ ਨੂੰ ਰਾਸ਼ਟਰੀ ਭਾਸ਼ਾਵਾਂ ਦੀ ਸੂਚੀ ਦੇ ਵਿੱਚ ਰੱਖਿਆ ਗਿਆ ਹੁਣ ਜੇਕਰ ਆਪਾਂ ਗੱਲ ਕਰੀਏ ਭਾਸ਼ਾਵਾਂ ਨੂੰ ਮਾਨਤਾ ਦੀ ਤਾਂ ਭਾਰਤੀ ਸੰਵਿਧਾਨ ਵਿੱਚ 22 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਆ ਭਾਸ਼ਾ ਨਾਲ ਸੰਬੰਧੀ ਜਾਣਕਾਰੀ ਸਾਨੂੰ ਸੰਵਿਧਾਨ ਦੀ 8ਵੀਂ ਸੂਚੀ ਦੇ ਵਿੱਚ ਮਿਲਦੀ ਹੈ ਠੀਕ ਹੈ ਜੀ ਹੁਣ ਜੇਕਰ ਅਸੀਂ ਗੱਲ ਕਰੀਏ ਮੁਲਤਾਨੀ ਦੀ ਤਾਂ ਮੁਲਤਾਨੀ ਹੈ ਜਿਹੜੀ ਇਹ ਪਾਕਿਸਤਾਨ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਹੈ ਠੀਕ ਹੈ ਕੁਸ਼ਣ ਇਦਾਂ ਵੀ ਆ ਜਾਂਦਾ ਕਿ ਪਾਕਿਸਤਾਨ ਵਿੱਚ ਬੋਲੀ ਜਾਣ ਵਾਲੀ ਉਪਭਾਸ਼ਾ ਕਿਹੜੀ ਹੈ ਤਾਂ ਤੁਸੀਂ ਕੀ ਕਰੋਗੇ ਮਲਤਾਨੀ ਹਾਂਜੀ ਇਸ ਤਰ੍ਹਾਂ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਤੇ ਨਾਲ ਹੀ ਹਾਂਜੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਣਾ ਤੇ ਨੈਕਸਟ ਵੀਡੀਓ ਅਸੀਂ ਬਣਾਵਾਂਗੇ ਇੰਪੋਰਟੈਂਟ ਆਰਟੀਕਲ ਤੇ ਧੰਨਵਾਦ ਜੀ